ਮਰਜ਼ ਦਾ ਮਹੀਨੇ ਦੀ ਆਉਣ ਦੀ ਖਬਰ ਲਗਦੇ ਸਾਡੇ ਮੁਲਕ ਦੇ ਬੰਦਿਆਂ ਨੂੰ ਨਾ ਕੋਈ ਦਸਤ ਲੱਗ ਜਾਂਦੇ ਨੇ ਕੋਈ ਤਰੱਪੜ ਪੈ ਜਾਂਦੇ ਨੇ ਕੋਈ ਹਲਾ ਲਾਲਾ ਜੀ ਮੱਚ ਜਾਂਦੀ ਹੈ ਕਿ ਹਾਏ ਓਏ ਫਲੋ ਜਨਾਨੀਆਂ ਨੂੰ ਲਗੀਆਂ ਗਈਆਂ ਜੇ ਘਰੋਂ ਬਾਹਰ ਨਿਕਲਣ ਲੱਗੀਆਂ ਜੇ ਇਹਨਾਂ ਘਰੋਂ ਬਾਹਰ ਨਿਕਲਦੇ ਹੀ ਨੰਗੇ ਹੋ ਜਾਣਾ ਫਲੋ 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 ਤੇ ਆਪ ਤੁਸੀਂ ਸਾਰੇ ਭੁੱਲ ਜਾਂਦੇ ਹੋ ਕਿ ਹਰ ਸੜਕ ਦੀ ਹਰ ਨੁੱਕਰ ਤੇ ਸ਼ਲਵਾਰ ਥੱਲੇ ਕਰਕੇ ਨੰਗੇ ਹੋ ਕੇ ਪਿਸ਼ਾਬ ਤੁਸੀਂ ਕਰ ਰਹੇ ਹੁੰਦੇ ਹੋ ਕੁੜੀ ਰਸਤੇ 'ਚ ਜਾਂਦੇ ਵੇਖੋ ਨਾ ਉਹਨੇ ਬੁਰਕਾ ਪਾਇਆ ਹੋਏ 유ਨੀਫਾਰਮ ਪਾਇਆ ਹੋਏ ਸਿਰ ਕੱਜਿਆ ਹੋਏ ਨਾਕ ਕੱਜਿਆ ਹੋਏ ਅੰਨੇ ਟੱਡ ਦੇ ਬਾਹਰ ਆ ਜਾਂਦੇ ਨੇ ਹੱਥ ਚਲਵਾਰ 'ਤੇ ਚੱਲੇ ਜਾਂਦੇ ਨੇ ਤੇ ਮੂੰਹ 'ਚ ਨਾ ਚੁੰਮੀਆਂ ਦੀ ਆਵਾਜ਼ਾਂ ਨਿਕਲਣੀਆਂ ਸ਼ੁਰੂ ਹੋ ਜਾਂਦੀ ਹੈ ਪਿੱਛੇ 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 ਤੇ ਜਨਾਬ ਤੁਸੀਂ ਤੁਰੇ ਜਾਂਦੇ ਮਗਰ ਬਗੈਰਤੀ ਨਹੀਂ ਨਾ ਐ ਕਿਹੜੀ ਬਗੈਰਤੀ ਹੋਈ ਹਾਂ ਘਰ 'ਚ ਤੁਸੀਂ ਜਨਾਨੀਆਂ ਨੂੰ ਮਾਰੋ ਕੁੱਟੋ ਉਹਨਾਂ ਨੂੰ ਗੈਂਗਰੇਪ ਕਰਦੇ ਹੋ ਘਰ ਦੀਆਂ ਧੀਆਂ ਭੈਣਾਂ ਵੀ ਨਾ ਛੱਡੋ लाशاں ਵੀ ਕੱਢ ਕੇ ਜਨਾਬ ਉਹਨਾਂ ਨਾਲ ਵੀ ਤੁਸੀਂ ਜ਼ਨਾ ਕਰ ਲੋ ਇਹ ਵੀ ਬਗੈਰਤੀ ਇਫਾਸ਼ੀ ਨਹੀਂ ਹੁੰਦੀ ਇਹ ਸਾਰੇ ਕੰਮ ਕਰਨ ਚ ਨਾ ਸਾਡੀ ਇਸਲਾਮੀ ਤਾਲਿਮਾਤ ਖਤਰੇ ਚਾਹਂਦੀ ਹੈ ਨਾ ਸਾਡਾ ਖਾਨਦਾਨੀ ਨਿਜ਼ਾਮ ਖਤਰੇ ਚਾਹਂਦਾ ਹੈ ਨਾ ਸਾਡਾ ਮਾਸ਼ਰਾ ਖਤਰੇ ਚਾਹਂਦਾ ਹੈ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਮਗਰ ਜੇ ਔਰਤ ਕਹਿ ਦੇ ਕਿ ਅਸੀਂ ਜਨਾਬ ਔਰਤ ਮਾਰਚ ਕਰਨਾ ਹੈ ਬਸ ਫਿਰ ਐਟਮ ਬਮ ਹੀ ਪਾਟਣਾ ਰਹਿ ਜਾਂਦਾ ਹੈ ਬਾਕੀ ਤੇ ਪਿੱਛੇ ਕੁਝ ਨਹੀਂ ਰਹਿ ਜਾਂਦਾ ਔਰਤ ਮਾਰਚ ਦੇ حوالے ਚ ਇੱਕ ਮਜ਼ਬੀਰ ਹੈ ਰਹਿਨੁਮਾਸ ਨੇ ਫਰਮਾਇਆ ਕੁਝ ਦਿਨ ਪਹਿਲੇ ਉਹਨਾਂ ਆਖਿਆ ਜੇ ਹਕੂਮਤ ਨੇ ਔਰਤ ਮਾਰਚ ਨਾ ਰੋਕਿਆ ਔਰ ਇਹਨੂੰ ਇਜਾਜ਼ਤ ਦਿੱਤੀ ਕਿ ਮਾਰਚ ਹੋਵੇ ਹਰ ਅਸੀਂ ਹਰ ਗਲੀ ਹਰ ਸੜਕ ਹਰ ਨੁੱਕਰ 'ਚ ਔਰਤ ਮਾਰਚ ਕਰਾਂਗੇ ਤੇ ਇਹਨਾਂ ਨੂੰ ਕੁੱਟਾਂਗੇ ਹਰ ਵਲੀ ਔਰਤ ਮਾਰਚ ਤੇ ਇਹ ਹੀ ਹੁੰਦਾ ਦੂਸਰੇ ਪਾਸਿਓਂ ਇੱਟਾਂ ਰੋੜੇ ਗਾਲਾਂ ਪੈਂਦੀਆਂ ਨੇ ਪੁਲਿਸ ਦਰਮਿਆਨ 'ਚ ਖੜੀ ਹੁੰਦੀ ਹੈ ਕੋਈ ਕੁ ਮਦਮੂਜ ਫਿਰ ਬੋੰਦ ਪਈ ਹੁੰਦੀ ਹੈ ਕੋਈ ਨਹੀਂ ਆਂਦਾ ਕਿ ਅਸੀਂ ਤੁਹਾਨੂੰ ਜਦੋਂ ਮਾਰਚ ਕਰ ਤੁਹਾਨੂੰ ਜਲਸ ਜਲੂਸ ਕਰਨ ਦੀ ਸੜਕਾਂ ਬੰਦ ਕਰਨ ਦੀ ਇਜਾਜ਼ਤ ਦਿੰਦੇ ਆਂ ਤੇ ਐ ਵਿਤਤੀਆਂ ਨਮਾਣੀਆਂ ਤੇ ਕੋਈ ਚੀਜ਼ ਭੰਦੀਆਂ ਭੁੰਦੀਆਂ ਵੀ ਨਹੀਂ ਨਰੇ ਨੂਰੇ ਲਾਉਂਦੀਆਂ ਨੇ ਘੰਟਾ ਦੋਤੇ ਚਲੀਆਂ ਜਾਂਦੀਆਂ ਨੇ ਤੇ ਅਸੀਂ ਇਹਨਾਂ ਨੂੰ ਵੀ ਕਰਨ ਦੇਾਂਗੇ ਅਸੀਂ ਇਹਨਾਂ ਦੀ ਵੀ ਹਫਾਜ਼ਤ ਕਰਾਂਗੇ ਮਗਰ ਨਾ ਉਸ ਵੇਲੇ ਪੁਲਿਸ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਫਰਮਾਉਂਦੀ ਹੈ ਕਿ ਜਨਾਬ ਅਸੀਂ ਤੁਹਾਡੀ ਹਫਾਜ਼ਤ ਦੀ ਕੋਈ ਜ਼ਿੰਮੇਵਾਰੀ ਨਹੀਂ ਲੈ ਸਕਦੇ ਅਗਲੇ ਨੇ ਤੁਹਾਨੂੰ ਕੁੱਟਣਾ ਫਿਰ ਤੁਸੀਂ ਕੁੱਟੀਆਂ ਗਈਆਂ ਮਾਰੀਆਂ ਗਈਆਂ ਤੇ ਸਾਨੂੰ ਨਾ ਕਹਿਣਾ ਅਸੀਂ ਤੁਹਾਨੂੰ ਦੱਸ ਦਿੱਤਾ ਵੇਤਰ ਹੈ ਤੁਸੀਂ ਮਾਰਚੀ ਨਾ ਕੰਡੋ ਅਸੀਂ ਟੈਕਸ ਨਹੀਂ ਦਿੰਦੇ ਅਸੀਂ ਇਸ ਮੁਲਕ ਦੇ شہری ਨਹੀਂ ਅਸੀਂ ਵੋਟ ਨਹੀਂ ਪਾਈ ਇਹ ਹਕੂਮਤ ਸਾਡੇ ਵੋਟਾਂ ਦੇ ਨਾਲ ਬਣਦੀਆਂ ਨਹੀਂ ਹੈ ਕਿ ਇੱਕ ਦਿਨ ਲਈ ਅਸੀਂ ਆਪਣੀ ਮਰਜ਼ੀ ਦੇ ਕੁਝ ਘੰਟੇ ਸੜਕ ਤੇ ਰਹਿ ਕੇ ਖੜੇ ਹੋ ਕੇ ਆਪਣਾ ਹੱਕ ਵੀ ਨਹੀਂ ਮੰਗ ਸਕਦੇ ਇਹ ਹੈ ਸਾਡਾ ਔਰਤਾਂ ਦਾ ਜਨਾਬ ਹਸੀਅਤ ਸਾਡੇ ਮੁਲਕ 'ਚ بس ਇਸ ਤਫਾ ਜਨਾਬ ਹੋਰ ਵੀ ਗੱਲ ਹੋਈ ਸਾਡੇ ਵਫਾਕੀ ਮذਬੀ امور ਦੇ وزیر ਸਾਹਿਬ ਫਰਮਾਇਆ ਕਿ ਇਹ ਔਰਤ ਮਾਰਚ ਜਿਹੜੇ ਪੋਸਟਰ ਤੇ ਬੈਨਰ ਜਨਾਨੀਆਂ ਚੁੱਕੀਆਂ ਹੁੰਦੇ ਨੇ ਨਾ ਇਹ ਦੇ ਨਾਲ ਇਹ ਸਾਡੀ ਇਸਲਾਮੀ ਤਾਲਿਮਾਤ ਦੇ ਖਿਲਾਫ ਹੈ ਇਹ ਦੇ ਨਾਲ ਸਾਡਾ ਮਾਸ਼ਰਾ ਖਰਾਬ ਹੋ ਸਕਦਾ ਹੈ ਤੇ ਅਸਲੀ ਅਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਸੈਕੰਡ ਦਿosaur تعلیم ਦਾ ਹੱਕ ਮੰਗਣਾ ਸਿਹਤ ਦਾ ਹੱਕ ਮੰਗਣਾ ਵਿਰਾਸਤ ਚ ਹਿੱਸਾ ਮੰਗਣਾ ਨੌਕਰੀਆਂ ਮੰਗਣਾ ਸਾਡੇ ਤੇ ਜਿਹੜਾ ਜ਼ੁਲਮ ਹੋਏ ਉਸ ਤੇ ਇਨਸਾਫ ਮੰਗਣਾ ਛੋਟੀ ਉਮਰ ਦੀ ਬੱਚੀਆਂ ਦਾ ਵਿਆਹ ਹੋ ਰਿਹਾ ਹੋਵੇ ਉਸ ਤੇ ਇਨਸਾਫ ਮੰਗਣਾ ਕਿ ਇਹ ਨਾ ਕਰੋ ਇਹ ਸਾਰੀਆਂ ਚੀਜ਼ਾਂ ਗਲਤ ਨੇ ਨਾ ਇਸਲਾਮ ਮੇਰੀ ਇਜਾਜ਼ਤ ਨਹੀਂ ਦਿੰਦਾ ਨਾ ਹੈ ਨਾ ਇਹ ਗੱਲ ਹੈ ਤੇ ਜੇ ਇਹ ਸਾਰੇ ਵਿੱਚ ਬڑے ਰਾਮ ਨਾਲ ਤੁਸੀਂ ਇਹ ਆਂ ਦਿੰਦੇ ਹੋ ਇਹ ਇੱਕਦ ਬੰਦਾ ਗਲਤ ਗੱਲ ਕਰ ਜਾਂਦਾ ਹੈ ਜਾਂ ਗਲਤ ਹਰਕਤ ਕਰਦਾ ਤੁਸੀਂ ਸਾਰੇ ਬੰਦਿਆਂ ਨੂੰ ਵਿੱਚ ਫਰੋਲ ਦਿੰਦੀਆਂ ਜੇ ਤੇ ਜੇ ਇੱਕਦ ਬੈਨਰ ਪੋਸਟਰ ਕਿਸੇ ਨੇ ਇਹੋ ਜਿਹਾ ਲਿਖ ਕੇ ਲਾਤਾ ਜਿਹੜਾ ਤੁਹਾਨੂੰ ਪਸੰਦ ਨਹੀਂ ਆਇਆ ਤੇ ਉਸ ਚੱਕਰ ਚ ਤੁਸੀਂ ਸਾਨੂੰ ਸਾਨੀਆਂ ਨੂੰ ਰੰਡੀਆਂ ਗਸ਼ਤੀਆਂ ਬਣਾ ਲਓ ਵੈਰੀ ਗੁੱਡ ਬਈ ਸ਼ਾਬਾਸ਼ ਤਾਡੀ ਇਸ ਦੂਸਰੀ ਗੱਲ Mein ਤੁਸੀਂ ਇਹ ਦੱਸੋ ਇਸ ਮਾਰਚ ਕਿ ਕਿਹੜੀ ਫਾਸ਼ੀ ਹੁੰਦੀ ਹੈ ਕੀ ਔਰਤਾਂ ਇਸ ਮਾਰਚ ਜਿਹੜੀਆਂ ਆਉਂਦੀਆਂ ਨੇ ਉਹ ਬਕੀਨੀ ਪਾ ਕੇ ਆਉਂਦੀਆਂ ਨੇ ਕੀ ਇਸ ਮਾਰਚ ਆਉਣ ਲਈ ਸ਼ਰਤ ਹੈ ਕਿ ਜਿਹੜੀਆਂ ਆਣੀਆਂ ਨੇ ਉਹ ਆ ਕੇ ਪਹਿਲੇ ਕੱਪੜੇ ਲਾ ਦੇਣ ਇਹ ਸਾਡੇ ਮੁਲਕ ਚ ਹਾਲੇ ਦਵਾਲੇ ਕੋਈ ਔਰਤਾਂ ਛੋਟੇ ਛੋਟੇ ਕੱਪੜੇ ਪਾ ਕੇ ਫਿਰ ਰਹੀਆਂ ਹੁੰਦੀਆਂ ਅਧੀਆਂ ਨੰਗੀਆਂ ਫਿਰਦੀਆਂ ਕਿਤੇ ਨਜ਼ਰ ਆਉਂਦੀਆਂ ਨੇ ਤੁਹਾਨੂੰ ਇਸ ਸਿਆਪਾ ਕੀ ਹੈ ਕਿ ਹਰ ਚੀਜ਼ ਨੂੰ ਤੁਸੀਂ ਸਾਡੇ ਕੱਪੜਿਆਂ ਨਾਲ ਜੋੜ ਦਿੰਦੇ ਹੋ ਭਾਵੇਂ ਜਨਾਬ ਜ਼ਲਜ਼ਲਾ ਹੋਵੇ ਭਾਵੇਂ ਸਾਡੇ ਔਰਤ ਮਾਰਚ ਚ ਹੱਕ ਮੰਗਣ ਦੀ ਗੱਲ ਹੋਵੇ ਫੌਰਨ ਗੱਲ ਆਤਾ ਕਿ ਨਾ ਕਿਤੇ ਨਾ ਕਿਤੇ ਕੱਪੜਿਆਂ ਤੇ ਜੁੜ ਜਾਂਦੀ ਹੈ ਤੇ ਜਨਾਬ ਵਜ਼ੀਰ ਸਾਹਿਬ ਤਬਦੀਲੀ ਉਹ ਕਹਿੰਦੇ ਨਾ ਕਰੋ ਸ਼ੁਰੂ ਕਰਨੀ ਚਾਹੀਦੀ ਹੈ ਜਦੋਂ ਇਹ ਖੱਤ ਤੁਸੀਂ ਵਜ਼ੀਰ ਆਜ਼ਮ ਸਾਹਿਬ ਨੂੰ ਲਿਖਿਆ ਤਾਂ ਤੁਸੀਂ ਇਹ ਪਹਿਲੇ ਕਿਉਂ ਨਹੀਂ ਨਹੀਂ ਲਿਖਿਆ ਕਿ ਵਜ਼ੀਰ ਆਜ਼ਮ ਸਾਹਿਬ ਔਰਤਾਂ ਦਾ ਮਖਲੂਤ ਬੈਠਣਾ ਨਾਜਾਇਜ਼ ਹੈ ਔਰ ਅਸੀਂ ਅਸੈਂਬਲੀ ਹਾਲ 'ਚ ਵੀ ਤੇ ਕਬੀਨਾ 'ਚ ਵੀ ਮਖਲੂਤ ਬੈਨੇ ਆ ਸਾਡੀ ਤੇ ਕਬੀਨਾ 'ਚ ਕੁਰਸੀਆਂ ਵੀ ਨਾਲ-ਨਾਲ ਲੱਗੀਆਂ ਹੁੰਦੀਆਂ ਇਹ ਗਲਤ ਗੱਲ ਹੈ ਕਿਉਂਕਿ ਇਹੀ ਸੰ ਤੁਸੀਂ ਦੱਸਦੇ ਹੋ ਨਾ ਕਿ ਕਾਲਜ ਯੂਨੀਵਰਸਿਟੀ ਸਕੂਲੇ ਮੁੰਡੇ ਤੇ ਕੁੜੀਆਂ ਇਕੱਠੇ ਇੱਕ ਜਗ੍ਹਾ ਤੇ ਨਹੀਂ ਬਹਿ ਸਕਦੇ ਕਿਉਂਕਿ ਇਹ ਖਰਾਬੀ ਦਾ ਬਾਇਸ ਹੈ ਤੇ ਜੇ ਉੱਥੇ ਖਰਾਬੀ ਦਾ ਬਾਇਸ ਹੈ ਤੇ ਤੁਹਾਡੇ ਵੱਲ ਵੀ ਖਰਾਬੀ ਦਾ ਬਾਇਸ ਹੋਇਆ ਨਾ ਤੁਹਾਡੇ ਤਾਂ ਕਬੀਨਾ ਚ ਵੀ ਔਰਤਾਂ ਨੇ ਤੇ ਤੁਸੀਂ ਆਂਦੇ ਖਾਨ ਸਾਹਿਬ ਤੁਹਾਨੂੰ ਨਾ ਉਹ ਕਹਿੰਦੇ ਨੇ ਐਗਜ਼ਾਮਪਲ ਸੈੱਟ ਕਰਨੇ ਆ ਤੇ ਤੁਸੀਂ ਆਖੋ ਘੱਟੋ ਘੱਟ ਕਬੀਨਾ ਦੀਆਂ ਵਜ਼ੀਰਾਂ ਨੂੰ ਖਾਤੂਨ ਵਜ਼ੀਰਾ ਉਹਨਾਂ ਨੂੰ ਆਖੋ ਕਿ ਬਈ ਵੇਖੋ ਜੇ ਤੁਸੀਂ ਰਹਿਣਾ ਨਾ ਕਬੀਨਾ ਚ ਤੇ ਹਜਾਬ ਤੇ ਨਕਾਬ ਕਰ ਲਓ ਫਿਰ ਮੈਂ ਵੇਖਾਂਗੀ ਕਿ ਮੈਡਮ ਸ਼ੀਰੀ ਮਜ਼ਾਰੀ ਮੈਡਮ ਅਲੀਕਾ ਬੁਖਾਰੀ ਮੈਡਮ ਜ਼ਰਦਾਰ ਕੋਲ ਉਹ ਕੀ ਫੈਸਲਾ ਕਰਦੇ ਨੇ ਕਿਆ ਹੋਏ ਦੇ ਖਿਲਾਫ ਆਵਾਜ਼ ਉਠਾਉਣ ਦੇ ਜਾਂ ਉਹ ਕਹਿੰਦੇ ਨੇ ਠੀਕ ਹੈ ਅਸੀਂ ਜ਼ੋਰ ਜ਼ਬਰਦਸਤੀ ਦਾ ਹਜਾਬ ਨਕਾਬ ਕਰਕੇ ਉੱਥੇ ਬਹਿ ਜਾਾਂਗੇ ਜਾਂ ਆਪਣੀ ਮਰਜ਼ੀ ਦੇ ਕੱਪੜੇ ਨਹੀਂ ਪਾਵਾਂਗੇ ਚੰਗੀਆਂ ਭਲੀਆਂ ਛਲਵਾਰ ਕਮੀਜ਼ਾਂ ਪੂਰੇ ਬਾਜ਼ੂ ਦੀ ਚੁੰਨੀਆਂ ਲੈ ਕੇ ਬੈਠੀਆਂ ਹੁੰਦੀਆਂ ਨੇ ਉਸੇ ਤਰ੍ਹਾਂ ਜਿਸ ਤਰ੍ਹਾਂ ਸਾਰੇ ਮੁਲਕ ਦੀ ਬੇਸ਼ਤਰ ਔਰਤਾਂ ਇਹ ਲਿਬਾਸ ਪਾਉਂਦੀਆਂ ਤੇ ਤੁਹਾਨੂੰ ਫਿਰਦੀਆਂ ਨਜ਼ਰ ਆਉਂਦੀਆਂ ਨੇ ਔਰਤ ਮਾਰਚ ਵੀ ਇਹੀ ਹੁੰਦਾ ਮਗਨਈ ਰੋਲਾ دوچی گل وزیر صاحب نے اے آکھی لکھی ہے اپنے اس خط چھے کہ عورت مارچ دی آرچ ابسینٹی یعنی کہ فہاشی اور ہولیگنزم یعنی کہ دی اے دی اجازت نہیں دیتی دی جا سکتی سی. تی جناب اور دوسرا یہ کہ اے پورے پاکستان دی رائے ہے کہ اجازت نہیں ملنی چاہیے نہ ابسینٹی دی, اب دی فحاشی نہ ہولیگنزم گھنڈا گھر دی تھی जनाबे वाला जरा ਇਹ ਜਿਹੜਾ ਤੁਸੀਂ ਸਰਵੇ ਕਰਾਇਆ ਹੈ ਨਾ ਜਿਸ ਤੇ ਪੂਰੇ ਪਾਕਿਸਤਾਨ ਨੇ رائے ਦਿੱਤੀ ਹੈ ਇਨ छाप ਹੀ ਦਫਾ ਅਸੀਂ ਵੀ ਪੜ ਮਰ ਲਈਏ ਕੀ ਲਿਖਿਆ ਹੈ ਤੇ ਕਿੰਨੇ ਫੀਸਦ ਨੇ ਇਹ ਹੀ ਕਿਹਾ ਤਾਂ ਕਿਸੇ ਨੂੰ ਪਤਾ ਚੱਲ ਜਾਣਾ ਤੁਹਾਡੇ ਅਸੀਂ ਕੁਸ ਸਾਰੀਆਂ ਅਨਪੜ ਗਮਾਰ ਤੇ ਕੋਈ ਨਹੀਂ ਨਾ ਜਨਾਨੀਆਂ ਤੇ ਆਪਣੇ ਮਾਰਚ ਗਾਲਾਂ ਵੀ ਨਹੀਂ ਕੱਢਦੀਆਂ ਔਰ ਫਾਸ਼ੀਦੀ ਮਸਾਲਾ ਹਲੇ ਮੈਂ ਤੁਹਾਨੂੰ ਹੋਰ ਦੱਸ ਦਿੱਤੀਆਂ ਮਗਰ ਮੈਂ ਵਜ਼ੀਰ ਸਾਹਿਬ ਤਾਂ ਯਾਦ ਕਰਾਉਣਾ ਚਾਹਨੀ ਹੈ ਕੁਝ ਸਾਲ ਪਹਿਲੇ ਇੱਥੇ ਪੂਰੇ ਮذਬੀ ਰਹਿਨਮਾਵਾਂ ਦਾ ਇਕੱਠ ਹੋਇਆ ਸੀ ਅਡੀ ਚੌਕ 'ਚ ਬੈਠੇ ਸੰਸਾਰੇ ਪੰਡਾਲ ਲਾ ਕੇ ਬਹਿ ਗਏ ਸਨ ਉਹ ਤੇ ਜ਼ਾਤ ਜ਼ਾਤ ਦੀ ਨੰਗੀ ਗਾਲ ਕੱਢੀ ਗਈ ਜਿਹੜੀ ਵਜ਼ੀਰ ਆਜ਼ਮ ਨੂੰ ਦੇ ਗਈ ਦਿੱਤੀ ਗਈ ਜਿਹੜੀ ਚੀਫ ਫਾਰਮੀ ਸਟਾਫ ਨੂੰ ਦਿੱਤੀ ਗਈ ਹੋਰ ਤੇ ਉਹ ਰੋ ਗਾਲਾਂ ਕੱਢਦੇ ਹੋਏ ਨਾ ਥੱਲਿਓ ਜੁੱਤੀਆਂ ਉੱਤੇ ਉੱੜਦੇ ਹੈਲੀਕਾਪਟਰਾਂ ਨੂੰ ਸੁੱਟੀਆਂ ਗਈਆਂ ਇਸ ਟੂਵੀਚ ਸਾਰੇ ਮੁਲਕ ਨੇ ਵੇਖਿਆ ਇਹਨੂੰ ਕਿਸੇ ਨੇ ਫਾਸ਼ੀ ਨਹੀਂ ਆਖਿਆ ਫਾਸ਼ੀ ਇਹਨੂੰ ਕਹਿੰਦੇ ਨੇ ਗੰਦੀਆਂ ਗਾਲਾਂ ਕੱਢਣ ਨੂੰ ਅਬਸੈਨਿਟੀ ਜਾਂ ਫਹਾਸ਼ੀ ਕਹਿੰਦੇ ਨੇ ਫੈਜ਼ਾਬਾਦ ਦਾ ਦਰਣਾ ਹੋਇਆ ਉਹਦੇ ਬਾਅਦ ਬੇ ਇਤਹਾਸ਼ਾ ਜਨਾਬ ਹਰ ਛਾਲ 6 ਮਹੀਨੇ ਬਾਅਦ ਦਰਨੇ ਹੋਏ ਉੱਤੇ ਜਿਹੜੀਆਂ ਨੰਗੀਆਂ ਗਾਲਾਂ ਕੱਢੀਆਂ ਗਈਆਂ ਫਿਰ ਜਨਾਬ ਤੁਹਾਡੀ ਟੀਵੀ ਸਕਰੀਨਾਂ 'ਚ ਪੂਰੇ ਮੁਲਕ ਨੇ ਸੁਨਿਆ ਉਹਨੂੰ ਫਹਾਸ਼ੀ ਕਹਿੰਦੇ ਨੇ ਤੇ ਗੁੰਡਾ ਕਰਦੀ ਉਹ ਵੀ ਦੱਸ ਦਿੰਦੇ ਆ ਇਹ ਜਿਹੜੇ ਉਹ ਫੈਜ਼ਾਬਾਦ ਦਰਨੇ ਤੋਂ ਲੈ ਕੇ ਹੁਣੇ ਕੁਝ ਮਹੀਨੇ ਪਹਿਲੇ ਤੱਕ ਤੁਸੀਂ ਆਪ ਜਨਾਬ ਸੈਨ ਕਰਕੇ ਮੁਕਮਕਾ ਕਰਾਇਆ ਉਹ ਜਿਹੜੇ ਪੂਰੇ ਸ਼ਹਿਰ ਬਲੌਕ ਹੋਏ ਸੜਕਾਂ ਬਲੌਕ ਹੋਈਆਂ ਗੱਡੀਆਂ ਨੂੰ ਅੱਗ ਲਾਉਂਦੀਆਂ ਦੁਕਾਨਾਂ ਦੇ ਸ਼ੀਸ਼ੇ ਤੋੜ ਦਿੱਤੇ ਮੈਟਰੋ ਬੱਸ ਤੋੜ ਦਿੱਤੀ ਸੜਕਾਂ 'ਚ ਜਨਾਬ ਬੰਦ ਐਮੂਲੈਂਸਾਂ 'ਚ ਲੋਕ ਮਰ ਗਏ ਉਹਨੂੰ ਗੁੰਡਾਗਰਦੀ ਕਹਿੰਦੇ ਨੇ ਹਕੂਮਤ ਤੇ ਐਸ ਹੱਕ ਨੂੰ ਕਿ ਉਹ ਆਪਣਾ سفیر ਫਰਾਂਸ ਭੇਜੇ ਜਾਂ ਨਾ ਭੇਜੇ ਇਸ ਹੱਕ ਨੂੰ ਇੱਥੇ ਸੰਗੀਤ ਤੇ ਗੂਠਾ ਰਹਿ ਕੇ ਫੜ ਲੈਣ ਨੂੰ ਹੁੰਡਾ ਕਰਤੀ ਕਹਿੰਦੇ ਨੇ ਦੂਰ ਕਿਉਂ ਜਾਂਦੇ ਹੋ ਯਾਦ ਕਰੋ ਪੀਟੀਆਈ ਨੇ 126 ਦਿਨ ਦਾ ਡੀ ਚੌਕ ਚ ਤਰਨਾ ਦਿੱਤਾ ਸੀ ਉਸ ਤਰਨੇ ਚ ਉਸ ਕੰਟੇਨਰ ਤੋਂ ਦਿਨ ਪਰ ਰਾਤ ਸਿਰਫ 뮤직 ਵੱਜਦਾ ਸੀ ਗਾਣੇ ਤੇ ਤੁਹਾਡੇ ਕਬੀਨਾ ਚ ਬੈਠੇ ਨੇ ਕਈ ਵਜ਼ੀਰ ਜਿਹੜੇ ਕੰਟੇਨਰ ਤੇ ਚੜ ਕੇ ਖਾਨ ਸਾਹਿਬ ਦੇ ਨਾਲ ਨੱਚਦੇ ਸਨ ਥੱਲੇ ਕੁੜੀਆਂ ਮੁੰਡੇ ਇਕੱਠੇ ਓਏ ਹੋਏ ਪੂਰੀ ਪੂਰੀ ਸ਼ਾਮ ਗਾਣੇ ਲੱਗੇ ਨੇ ਤੇ ਨੱਚ ਰਹੇ ਸਨ ਅਸੀਂ ਤੇ ਉਹਨੂੰ ਵੀ فحਸ਼ੀ ਨਹੀਂ ਕਿਹਾ ਅਸੀਂ ਕਿ ਮਰਜ਼ੀ ਆ ਉਹਨਾਂ ਦੀ ਮਗਰ ਤੁਸੀਂ ਉਹਨੂੰ ਕੀ ਕਹੋਗੇ ਮਖਲੂਤ ਸੀ ਨਾ ਕੁੜੀਆਂ ਮੁੰਡੇ ਇਕੱਠੇ ਸਨ ਨੱਚ ਵੀ ਰਹੇ ਸਨ ਗਾਣੇ ਵੀ ਵੱਜ ਰਹੇ ਸਨ ਤੇ ਕਿਤੇ ਉਹ فحਸ਼ੀ ਤੇ ਨਹੀਂ ਸੀ ਤੇ ਨਾਲੇ ਉਸ ਦੌਰਾਨ ਤੁਸਾਂ ਉਲਸ ਨੂੰ ਫੜ ਕੇ ਕੁੱਟਿਆ ਸਿਰ ਪਾੜ ਦਿੱਤੇ ਪੀਟੀਵੀ ਤੇ ਹਮਲਾ ਕੀਤਾ ਦਵਾਰਾਂ ਕੁਦ ਕੇ ਅੰਦਰ ਚਲੇ ਗਏ ਉਹਨੂੰ ਗੁੰਡਾ ਕਰਦੀ ਤੇ ਨਹੀਂ ਕਹਿਣਾ ਨਾ ਐਸੇ ਪੁੱਛਣਾ ਸੀ ਕਿ ਉਹਨੂੰ ਤੇ ਨਹੀਂ ਨਾ ਕਹਿਣਾ ਗੁੰਡਾ ਕਰਦੀ ਤੇ ਜਨਾਬ ਤੁਸੀਂ ਹਿਜਾਬ ਟੇ ਬਣਾਓ ਨਕਾਬ ਟੇ ਬਣਾਓ ਵੈਰੀ ਗੁੱਡ ਮੈਂ ਆਪ ਸਭ ਤੋਂ ਅੱਗੇ ਉਸ ਜਲੂਸ 'ਚ ਸ਼ਾਮਲ ਹੋਵਾਂਗੀ ਐਸ ਲਈ ਕਿ ਔਰਤ ਦੀ ਮਰਜ਼ੀ ਹੈ ਜੋੜਾ ਦਿਲ ਕਰੇ ਉਹ ਜਨਾਬ ਜ਼ਰੂਰ ਕਰੇ ਮਗਰ ਅਗਰ ਇਸ ਹਜਾਬ ਨਕਾਬ ਦੇ ਦੀ ਆੜ ਵਿੱਚ ਤੁਸੀਂ ہمسਾਏ ਦੀ ਮੁਸਕਾਨ ਦੀ ਗੱਲ ਕਰਨਾ ਚਾਹੁੰਦੇ ਹੋ ਨਾ ਤੇ ਫਿਰ ਐ ਵੀ ਥੋਟਾ ਜਿਹਾ مشਵਰਾ ਹੈ ਤੁਹਾਡੀ ਮਰਜ਼ੀ ਮੰਨੋ ਨਾ ਮੰਨੋ ਤੇ ਫਿਰ ਇਹ ਕਰਿਆ ਜੇ ਖਿਆਲ ਰੱਖਿਆ ਜੇ ਕਿ ਉਹ ਗੂਗਲ ਚੋਂ ਨਾ ਜ਼ਰਾ ਖਬਰਾਂ ਸ਼ਬਰਾਂ ਤੇ ਫੋਟੋਆਂ ਸ਼ੂਟਵਾ ਡਿਲੀਟ ਕਰਾ ਦਿਓ ਕਿਹੜੀਆਂ ਵਾਲੀਆਂ ਉਹ ਵਾਲੀਆਂ ਜਿੱਚ ਜਨਾਬ Hindu اور Christian ਛੋਟੀ ਉਮਰ ਦੀ ਕੁੜੀਆਂ ਦਾ ਜ਼ਬਰਦਸਤੀ ਮਜ਼ਹਬ ਤਬਦੀਲ ਕਰਕੇ ਵੱਡੇ ਮੁਸਲਮਾਨ ਮਰਦਾਂ ਨਾਲ ਸ਼ਾਦੀ ਹੋ ਜਾਂਦੀ ਹੈ। ਉਹ ਮੀਆਂ ਮਿੱਠੂ ਟਾਈਪ ਬੰਦਿਆਂ ਦੀ ਫੋਟੋਆਂ ਜਿਹੜਾ ਪੀਟੀਆਈ ਤੇ جناب ਰਹਿਨਮਾਵਾਂ ਦੇ ਨਾਲ ਸਨ ਉਹਨਾਂ ਪਾਰਟੀ ਟਿਕਟ ਵੀ ਅਵਾਰਡ ਕੀਤਾ ਕੀਤਾ ਵਾਪਸ ਲੈ ਲਿਆ। ਇਹੋ ਜੀਆਂ ਤਸਵੀਰਾਂ ਖਬਰਾਂ ਨਾਲ ਤੁਸੀਂ ਫੌਰਨ ਡਿਲੀਟ ਕਰਾ ਕੇ ਨਾ ਫਿਰ ਇਹ ਕਰਿਆ ਜੇ ਜੇ ਤੁਸੀਂ ہمسਾਇ ਦਾ ਮੂੰਹ ਕਾਲਾ ਕਰਨਾ ਹੈ ਨਾ ਤੇ ਆਪਣੇ ਵੀ ਉਹ ਕਹਿੰਦੇ ਨਾ ਮੰਜੀ ਥੱਲੇ ਡਾਂਗ ਸਾਨੂੰ ਫਿਰ ਨਹੀਂ ਪਵੇਗੀ। ਕਿ ਤੇ ਨਾ ਨਾ ਵੇ ਸਾਡੀ ਮਾਸੂਮੀਅਤ ਸਾਡੇ ਮੁਲਕ ਦੀ ਬਿਸਤੀ ਜਾਈ ਹੋ ਜਾਏ ਉਹ ਨਹੀਂ ਅਸੀਂ ਕਰਾਣੀ ਮੇਰੀ ਮੰਨੋ ਤੇ ਮੈਂ ਕਹਿੰਨੀ ਆ ਡਾਕਟਰ ਜਾਵედ احمد ਖਾਬਦੀ ਸਾਹਿਬ ਨੇ ਮਾਸਰੇ ਚ ਮਰਦ ਔਰ ਔਰਤ ਤੇ ਰੈਂ ਦੇ ਇਸਲਾਮੀ ਅਦਬ-ਦਾਬ ਵਾਲਾ 30 ਮਿੰਟ ਦਾ ਲੈਕਚਰ ਸੁਣ ਲਓ ਤੁਸੀਂ ਤੇ ਆਪ ਟਵਿੱਟਰ ਤੇ ਉਹਨੂੰ ਮੈਂ ਕੱਲ ਆਪਣੀ ਟਾਈਮ ਲਾਈਨ ਤੇ ਪਾਇਆ ਸੀ ਉੱਥੇ ਵੇਖ ਲਿਆ ਜੀ ਐਨਾ ਕੋਈ ਲੱਪਣ ਦੀ ਲੋੜ ਨਹੀਂ ਆਰਾਮ ਨਾਲ ਮਿਲ ਜਾਏਗਾ ਤੇ ਬਾਕੀ ਐ ਜੇ ਤੁਸੀਂ ਇਹ ਸਾਰੀਆਂ ਗੱਲਾਂ ਕਰਕੇ ਇਹ ਕਹਿਣਾ ਚਾਹੁੰਦੇ ਹੋ ਕਿ ਅਸੀਂ ਆਪਣਾ ਹੱਕ ਨਾ ਮੰਗੀਏ ਤੇ ਇਹ ਨਹੀਂ ਹੋਣਾ ਅਸੀਂ ਆਪਣਾ ਹੱਕ ਮੰਗਣਾ ਹੈ ਆਪਣੀ ਆਪਣੀ ਆਵਾਜ਼ ਚੁੱਕਣੀ ਹੈ ਤੇ ਰਿਆਸਤ ਨੂੰ ਇਹ ਹੱਕ ਸਾਨੂੰ ਦੇਣਾ ਵੀ ਪੈਣਾ ਹੈ ਇਹਦੇ ਬਗੈਰ ਹੁਣ ਕੋਈ ਚਾਰਾ ਨਹੀਂ ਸਾਡਾ ਹੱਕ ਦੇਣਾ ਪੜੇ ਉਹਦੇ ਬਾਰੇ ਚ ਸੋਚੋ ਇਹ ਆਲਤੂ ਫालतੂ ਗੱਲਾਂ ਛੱਡ ਕੇ